ਇੱਕ ਪਤਨੀ ਦੇ ਵੱਲੋਂ ਆਪਣੇ ਸ਼ਾਦੀਸ਼ੁਦਾ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸ਼ਰੇਆਮ ਚੁੰਨੀ ਦੇ ਨਾਲ ਗਲ ਘੋਟ ਕੇ ਉਸਦਾ ਕਤਲ ਕਰ ਦਿੱਤਾ ਹੈ। ਦਰਅਸਲ ਪਤੀ ਦੋਵਾਂ ਦੇ ਪਿਆਰ ਸੰਬੰਧਾਂ ਦੇ ਵਿੱਚ ਰਾਹ ਦਾ ਰੋੜਾ ਬਣ ਰਿਹਾ ਸੀ ਅਤੇ ਉਸ ਰੋੜੇ ਨੂੰ ਹਟਾਉਣ ਦੇ ਲਈ ਇੱਕ ਪਤਨੀ ਦੇ ਵੱਲੋਂ ਇਹ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਜੋ ਪਤਨੀ ਸੀ ਉਸਦਾ ਜੋ ਪ੍ਰੇਮੀ ਸੀ ਉਹ ਵੀ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ ਅਤੇ ਦੋਵਾਂ ਦੇ ਵਿਚਕਾਰ ਪਿਆਰ ਸੰਬੰਧ ਸੀ। ਤਾਂ ਪਤੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਸੀ ਤਾਂ ਇਸ ਗੱਲ ਦੇ ਵਿਰੋਧ ਤੋਂ ਦੁਖੀ ਹੋ ਕੇ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਸਾਰੀ ਸਾਜਿਸ਼ ਰਚ ਦਿੱਤੀ ਗਈ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਇੱਕ ਦਿਨ ਪਹਿਲਾਂ ਦੱਸਿਆ ਜਾ ਰਿਹਾ ਕਿ ਪਤੀ ਪਤਨੀ ਦੇ ਵਿਚਕਾਰ ਝਗੜਾ ਹੁੰਦਾ, ਜਿਸ ਤੋਂ ਬਾਅਦ ਪਤੀ ਦੇ ਵੱਲੋਂ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜਿਸ ਤੋਂ ਦੁਖੀ ਹੋ ਕੇ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਨੂੰ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਅਤੇ ਉਸ ਆਸ਼ਿਕ ਦੇ ਵੱਲੋਂ ਫਿਰ ਆਪਣੇ ਚਾਚੇ ਦੇ ਮੁੰਡੇ ਦੇ ਨਾਲ ਮਿਲ ਕੇ ਉਸ ਪਤਨੀ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਮਲੋਟ ਦੇ ਨੇੜਲੇ ਪਿੰਡ ਬੁਰਜ ਸਿੰਧਵਾਂ ਦਾ ਹੈ, ਜਿੱਥੇ ਕਿ ਪਿਛਲੇ ਦਿਨ ਹੋਈ ਇੱਕ ਨੌਜਵਾਨ ਦੀ ਮੌਤ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਨੂੰ ਕਤਲ ਕਰਾਰ ਦਿੱਤਾ ਹੈ। DSP ਜਸਪਾਲ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਕਿ ਪਿੰਡ ਬੁਰਜ ਸਿੰਧਵਾਂ ਨਿਵਾਸੀ ਸ਼ਿੰਦਰਪਾਲ ਨੂੰ ਉਸਦੀ ਪਤਨੀ ਅਤੇ ਪਤਨੀ ਦੇ ਪ੍ਰੇਮੀ ਵੱਲੋਂ ਗਲ ਘੁੱਟ ਕੇ ਮਾਰਿਆ ਗਿਆ। ਥਾਣਾ ਕਬਰ ਵਾਲਾ ਪੁਲਿਸ ਕੋਲ ਮ੍ਰਿਤਕ ਦੀ ਮਾਤਾ ਹਰਮਨਦੀਪ ਕੌਰ ਵਾਸੀ ਰਾਣੀਆਂ ਨੇ ਦੱਸਿਆ ਕਿ ਉਸਦੇ ਲੜਕੇ ਸ਼ਿੰਦਰਪਾਲ, ਜਿਸ ਦੀ ਉਮਰ ਹੁਣ ਲਗਭਗ 30 ਸਾਲ ਦੀ ਸੀ, 2018 ਦੇ ਵਿੱਚ ਉਸਦਾ ਮਮਤਾ ਦੇ ਨਾਲ ਵਿਆਹ ਹੋਇਆ ਸੀ ਅਤੇ ਸ਼ਿੰਦਰਪਾਲ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਿੰਡ ਬੁਰਜ ਸਿੰਧਵਾਂ ਵਿਖੇ ਰਹਿੰਦਾ ਸੀ ਅਤੇ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਉਸਨੂੰ ਦੱਸਿਆ ਸੀ ਕਿ ਉਸਦੀ ਪਤਨੀ ਮਮਤਾ ਦੇ ਧਰਮਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਹਨ ਅਤੇ ਮ੍ਰਿਤਕ ਸ਼ਿੰਦਰਪਾਲ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਵੀ ਪਰ ਉਹ ਇਸ ਗੱਲ ਨੂੰ ਨਾ ਸਮਝੀ। ਤਾਂ ਹਰਮਨਦੀਪ ਕੌਰ ਨੇ 31 ਅਗਸਤ ਨੂੰ ਆਪਣੇ ਪੋਤਰੇ ਨੂੰ ਲੈਣ ਵਾਸਤੇ ਬੁਰਜ ਸਿੰਧਵਾਂ ਆਈ ਸੀ ਅਤੇ ਉਹ ਆਪਣੀ ਭੈਣ ਕੋਲ ਠਹਿਰੀ ਹੋਈ ਸੀ। ਮੁੱਦੇ ਹਰਮਨਦੀਪ ਕੌਰ ਆਪਣੀ ਭੈਣ ਦੇ ਘਰੋਂ ਆਪਣੇ ਲੜਕੇ ਸ਼ਿੰਦਰਪਾਲ ਦੇ ਘਰ ਆਈ ਤਾਂ ਧਰਮਿੰਦਰ ਸਿੰਘ ਨੇ ਉਸਦੇ ਲੜਕੇ ਸ਼ਿੰਦਰਪਾਲ ਦੇ ਗਲ ਵਿੱਚ ਚੁੰਨੀ ਪਾ ਕੇ ਫਾਹਾ ਦਿੱਤਾ ਹੋਇਆ ਸੀ ਅਤੇ ਸ਼ਿੰਦਰਪਾਲ ਦੀ ਨੂੰ ਮਮਤਾ ਅਤੇ ਧਰਮਿੰਦਰ ਦੇ ਚਾਚੇ ਦਾ ਲੜਕਾ ਵਰਿੰਦਰ ਸਿੰਘ ਵਾਸੀ ਢਾਬਾ ਕੋਕਰੀਆਂ ਨੇ ਬਾਹਾਂ ਫੜੀਆਂ ਹੋਈਆਂ ਸਨ। ਤਾਂ ਦੱਸ ਦਈਏ ਕਿ ਮਾਂ ਦੀ ਅੱਖਾਂ ਦੇ ਸਾਹਮਣੇ ਹੀ ਉਸ ਨੂੰ ਚੁੰਨੀ ਦੇ ਨਾਲ ਗਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਜਦੋਂ ਮਾਂ ਦੇ ਵੱਲੋਂ ਇਸ ਸਭ ਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਉਸਦੀ ਨੂੰਹ ਦੇ ਵੱਲੋਂ ਹੀ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸ਼ਿੰਦਰਪਾਲ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਹੁਣ ਤਿੰਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ। ਇਹ ਸਾਨੂੰ ਮਿਤੀ ਜਿਹੜੀ ਹੈਗੀ ਹੈ 3 ਸਤੰਬਰ ਨੂੰ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂ ਵਾਲਾ ਜ਼ਿਲ੍ਹਾ ਸਰਸਾ ਨੇ ਥਾਣੇ ਸਾਡੇ ਕਵਰ ਵਾਲੇ ਆ ਕੇ SHO ਸਬ ਇੰਸਪੈਕਟਰ ਦੀਪਕਾ ਰਾਣੀ ਨੂੰ ਆ ਕੇ ਇਤਲਾਹ ਦਿੱਤੀ ਸੀ ਕਿ ਉਹਦਾ ਲੜਕਾ ਸ਼ਿੰਦਰਪਾਲ ਸਿੰਘ ਜੀ ਦੀ ਉਮਰ ਕਰੀਬ 30 ਸਾਲ ਹੈ, ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀਸ਼ੁਦਾ ਸੀਗਾ, 5 ਸਾਲ ਹੋਏ ਸੀ ਵਿਆਹ ਹੋਏ ਨੂੰ, ਔਰ ਉਹਦੇ ਇੱਕ ਬੱਚਾ ਵੀ ਹੈ 4 ਸਾਲ ਦਾ, 3.5-4 ਸਾਲ ਦਾ ਬੱਚਾ ਹੈ। ਔਰ ਮਮਤਾ ਰਾਣੀ ਦੇ ਜਿਹੜੇ ਪ੍ਰੇਮ ਸੰਬੰਧਾਂ 'ਤੇ ਚੱਲਦੇ ਆ, ਜਿਹੜੀ 31/8 ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇਂ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਅਤੇ ਚੁੰਨੀ ਦੇ ਨਾਲ ਗਲ ਘੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ, ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ, ਔਰ 3 ਤਰੀਕ ਨੂੰ ਉਹਦੇ ਫੁੱਲ ਚੁਗਣ ਲੱਗੇ ਸੀ। ਫੁੱਲ ਚੁਗਣ 'ਤੇ ਜਦੋਂ ਸ਼ਿੰਦਰਪਾਲ ਕੌਰ ਨੂੰ ਇਹਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਵਰ ਵਾਲਾ ਇਤਲਾਹ ਦਿੱਤੀ। ਇਤਲਾਹ ਦੇਣ 'ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 99
ਮਿਤੀ 3/9/24 ਇੰਟਰਸੈਕਸ਼ਨ 103-1 238-3-5 BNS ਐਕਟ ਥਾਣਾ ਕਬਰ ਵਾਲਾ ਦਰਜ ਰਜਿਸਟਰ ਕਰਕੇ ਅਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੇ ਸ਼ਿੰਦਰਪਾਲ ਦੀ ਘਰ ਵਾਲੀ ਹੈ ਮਮਤਾ ਰਾਣੀ ਅਤੇ ਉਹਦਾ ਪ੍ਰੇਮੀ ਹੈ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈਗਾ ਵਰਿੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਇਹ ਦੋਨੋਂ ਜਾਣੇ ਢਾਬਾ ਕੋਕਰੀਆਂ ਥਾਣਾ ਸਦਰ ਅਬੋਹਰ ਦੇ ਰਹਿਣ ਵਾਲੇ ਆ ਅਤੇ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਮਮਤਾ ਰਾਣੀ ਹੈ ਇਹਦੇ ਧਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਅਤੇ ਉਹਨੇ ਇਹਦੀ ਕਿਤੇ ਹਫ਼ਤਾ ਪਹਿਲਾਂ ਕੁੱਟਮਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਧਰਮਿੰਦਰ ਨੂੰ ਦੱਸਿਆ ਅਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31/8/31 ਦੀ ਰਾਤ ਪਹਿਲਾਂ ਉਹਦੀ ਘਰ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਦਾ ਚੁੰਨੀ ਦੇ ਨਾਲ ਗਲ ਕੁੱਟ ਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ, ਉਹਨੂੰ ਮਾਰ ਦਿੱਤਾ ਸੀਗਾ। ਉਸ 'ਤੇ ਜਿਹੜਾ ਹੈਗਾ ਅਸੀਂ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲ ਜਿਸ ਚੁੰਨੀ ਨਾਲ ਉਹਦਾ ਗਲ ਕੁੱਟ ਕੇ ਕਤਲ ਕੀਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਅਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਕਿਦਾਂ ਦਾ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਬੱਚੇ ਹੈ ਜਿਹੜਾ ਦੋਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀਸ਼ੁਦਾ ਹੈ, ਉਹਦੇ ਵੀ ਇੱਕ 2-2.5 ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮ੍ਰਿਤਕ ਹੈ ਸ਼ਿੰਦਰਪਾਲ ਸਿੰਘ ਉਹਦੇ ਵੀ ਇੱਕ 3.5-4 ਸਾਲ ਦਾ ਇੱਕ ਬੱਚਾ ਹੈਗਾ। ਧਾਰਾ ਸੀ ਇਹਦੇ ਵਿੱਚ 103-1-238-3-5 BNS ਐਕਟ ਦੇ ਤਹਿਤ ਥਾਣਾ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ।